ਪ੍ਰੀਤ ਡੁਗਰੀ ਵੱਲੋਂ ਔਨਲਾਈਨ ਲੁਧਿਆਣਾ ਚੈਨਲ ਨਾਲ ਜੁੜੇ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ। ਦੋਸਤੋ, ਜਿਵੇਂ ਕਿ ਪਿਛਲੀ ਵੀਡੀਓ 'ਚ ਅਸੀਂ ਚਮਕੀਲਾ ਜੀ ਬਾਰੇ ਅਤੇ ਅਮਰਜੋਤ ਕੌਰ ਬਾਰੇ ਦੱਸਿਆ ਸੀ, ਜੇ ਅੱਜ ਜ਼ਿਕਰ ਕਰਦੇ ਹਾਂ ਰਣਜੀਤ ਕੌਰ ਜੀ ਬਾਰੇ। ਮੁਹੰਮਦ ਸਦੀਕ ਜੀ ਦੀ ਗਾਇਕੀ ਦਾ ਜ਼ਿਕਰ ਹੋਵੇ ਅਤੇ ਰਣਜੀਤ ਕੌਰ ਦਾ ਨਾਮ ਨਾ ਹੋਵੇ ਤਾਂ ਸ਼ਾਇਦ ਅਧੂਰਾਪਨ ਜਿਹਾ ਲੱਗਦਾ ਹੈ। ਅਤੇ ਮੈਂ ਜੋ ਵੀ ਗੱਲ ਕਰ ਰਿਹਾ, ਇਹ ਹਰ ਗੱਲ ਗੁਲਜ਼ਾਰ ਸਿੰਘ ਸ਼ੌਂਕੀ ਜੀ ਦੀ ਕਿਤਾਬ, ਜਿਸ ਦਾ ਟਾਈਟਲ ਸਦਾ ਬਹਾਰ ਗਾਇਕ ਮੁਹੰਮਦ ਸਦੀਕ ਜੀਵਨ ਦੇ ਗੀਤ ਹੈ, ਉਹਦੇ ਹਿਸਾਬ ਨਾਲ ਗੱਲ ਕਰ ਰਿਹਾ। ਰਣਜੀਤ ਕੌਰ ਅਤੇ ਮੁਹੰਮਦ ਸਦੀਕ ਨੇ ਇਕੱਠੇ ਟੋਟਲ 149 ਗੀਤ ਗਾਏ ਜਾਂ ਰਿਕਾਰਡ ਹੋਏ। ਅਤੇ ਟੋਟਲ ਕਿਤਾਬ ਦੇ ਮੁਤਾਬਕ ਰਣਜੀਤ ਕੌਰ ਦੇ ਦੱਸਣ ਦੇ ਹਿਸਾਬ ਨਾਲ 34 ਸਾਲ 11 ਮਹੀਨੇ 19 ਦਿਨ ਉਹਨਾਂ ਦਾ ਸੈੱਟ ਰਿਹਾ। ਇਹਨਾਂ ਨੂੰ ਮਿਲਾ ਕੇ ਦੋਸਤੋ 3.5 ਦਹਾਕੇ ਬਣ ਜਾਂਦੇ ਹਨ। ਕਿਤਾਬ ਵਿੱਚ ਇੱਕ ਇੰਟਰਵਿਊ ਛਾਪੀ ਗਈ ਹੈ ਰਣਜੀਤ ਕੌਰ ਦੀ, ਜਿਹੜੀ ਮੈਂ ਤੁਹਾਨੂੰ ਪੜ੍ਹ ਕੇ ਸੁਣਾਵਾਂਗਾ। ਕਿਤਾਬ ਦੇ ਮੁਤਾਬਿਕ ਰਣਜੀਤ ਕੌਰ ਜੀ ਦੀ ਪਹਿਲੀ ਰਿਕਾਰਡਿੰਗ ਅਮਰ ਸਿੰਘ ਸ਼ੇਰਪੁਰੀ ਦੇ ਨਾਲ ਹੁੰਦੀ ਹੈ। ਅਮਰ ਸਿੰਘ ਸ਼ੇਰਪੁਰੀ ਨਾਲ ਰਿਕਾਰਡਿੰਗ ਤੋਂ ਬਾਅਦ ਸਿਲਸਿਲਾ ਸ਼ੁਰੂ ਹੋਇਆ, ਫਿਰ ਮੁਹੰਮਦ ਸਦੀਕ ਜੀ ਨਾਲ ਹੋਈ ਰਿਕਾਰਡਿੰਗਾਂ। ਫਿਰ ਇਸ ਵਿੱਚ ਇੱਕ ਸਵਾਲ ਕੀਤਾ ਗਿਆ ਹੈ ਕਿ ਰਣਜੀਤ ਕੌਰ ਜੀ ਨੂੰ ਕਿ ਮੁਹੰਮਦ ਸਦੀਕ ਜੀ ਤੋਂ ਇਲਾਵਾ ਤੁਸੀਂ ਕਿਹੜੇ ਕਿਹੜੇ ਗਾਇਕਾਂ ਨਾਲ ਗਾਇਆ। ਰਣਜੀਤ ਕੌਰ ਜੀ ਦੇ ਦੱਸਣ ਦੇ ਮੁਤਾਬਿਕ ਅਮਰ ਸਿੰਘ ਸ਼ੇਰਪੁਰੀ, ਕਰਨੈਲ ਗਿੱਲ, ਕੁਲਦੀਪ ਹੀਰੋ, ਰੰਗਾ ਸਿੰਘ ਮਾਨ, ਸੁਦੇਸ਼ ਬਾੜੇਵਾਲ, ਮਹਿੰਦਰ ਕਪੂਰ, ਮੁਹੰਮਦ ਰਫੀ, ਮੁਹੰਮਦ ਅਜੀਜ਼, ਦਿਲਰਾਜ ਕੌਰ ਰਾਜ ਨਾਲ ਗਾਇਆ। ਅਤੇ ਰਣਜੀਤ ਕੌਰ ਨੇ ਕੁਝ ਫਿਲਮਾਂ 'ਚ ਵੀ ਗਾਇਆ ਹੈ, ਜਿਸਦਾ ਨਾਮ ਹਨ ਕੋਹਲੀ ਯਾਰ ਦੀ, ਸਾਹਿਬ ਯੋਗਨ, ਪੁੱਤ ਜੱਟਾਂ ਦੇ, ਪਟੋਲਾ। ਸੋ ਦੋਸਤੋ, ਜ਼ਿਆਦਾ ਗੱਲ ਨਾ ਕਰਦੇ ਹੋਏ, ਜਿਸ ਤਰ੍ਹਾਂ ਮੈਂ ਟਾਈਟਲ ਦਿੱਤਾ ਹੈ ਕਿ ਰਣਜੀਤ ਕੌਰ ਅਤੇ ਸਦੀਕ ਸਾਹਿਬ ਦੀ ਜੋੜੀ ਟੁੱਟਣ ਦਾ ਮੇਨ ਕਾਰਨ ਕੀ ਰਿਹਾ। ਕਿਤਾਬ ਵਿੱਚ ਰਾਈਟਰ ਨੇ ਰਣਜੀਤ ਕੌਰ ਨੂੰ ਸਵਾਲ ਕੀਤਾ, ਤੁਸੀਂ ਸਦੀਕ ਸਾਹਿਬ ਨਾਲ ਜੋੜੀ ਟੁੱਟ ਗਈ ਤਾਂ ਤੁਸੀਂ ਕੀ ਮਹਿਸੂਸ ਕਰਦੇ ਹੋ ਅਤੇ ਕਿਉਂ ਟੁੱਟ ਗਈ, ਘਾਟ ਕਿੱਥੇ ਰਹਿ ਗਈ, ਟੁੱਟਣ ਦਾ ਕਾਰਨ ਅਤੇ ਹੋਰ ਸਾਰਾ ਕੁਝ। ਰਣਜੀਤ ਕੌਰ ਦਾ ਜਵਾਬ ਸੀ ਕਿ ਤੁਸੀਂ ਬੜਾ ਔਖਾ ਸਵਾਲ ਕਰਤਾ, ਸਦੀਕ ਜੀ ਨੂੰ ਮੇਰੇ ਵਿੱਚ ਕੋਈ ਘਾਟ ਲੱਗੀ ਹੋਣੀ ਆ, ਉਹ ਸਿਆਣੇ ਬੰਦੇ ਨੇ, ਉਹਨਾਂ ਨੇ ਮੇਰੇ ਵਿੱਚ ਕੋਈ ਘਾਟ ਦੇਖ ਕੇ ਮੈਨੂੰ ਜਵਾਬ ਦੇ ਦਿੱਤਾ। ਜਦੋਂ ਸ਼ੌਂਕੀ ਸਾਹਿਬ ਨੂੰ ਉਹਨਾਂ ਦੇ ਸਵਾਲ ਦਾ ਕੋਈ ਜਵਾਬ ਨਾ ਮਿਲਿਆ ਤਾਂ ਉਹਨਾਂ ਨੇ ਸਵਾਲ 'ਚੋਂ ਸਵਾਲ ਕੱਢ ਲਿਆ, ਤੁਸੀਂ ਤਾਂ ਨਹੀਂ ਜਵਾਬ ਦਿੱਤਾ ਸੀਗਾ ਉਹਨਾਂ ਨੂੰ। ਇਹਦਾ ਜਵਾਬ ਵਿੱਚ ਰਣਜੀਤ ਕੌਰ ਜੀ ਨੇ ਜੋ ਕਿਹਾ, ਮੈਂ ਉੱਦਾਂ ਹੀ ਪੜ੍ਹ ਕੇ ਸੁਣਾਉਂਦਾ ਹਾਂ, ਨਹੀਂ ਮੈਂ ਤਾਂ ਨਹੀਂ ਜਵਾਬ ਦਿੱਤਾ, ਮੈਂ ਤਾਂ ਜਦੋਂ ਦੀ ਉਹਨਾਂ ਨਾਲ ਗਾਇਕੀ ਖੇਤਰ ਵਿੱਚ ਕੰਮ ਕਰਨ ਲੱਗੀ ਹਾਂ, ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ। ਮੈਨੂੰ ਜਿਵੇਂ ਸਦੀਕ ਭਾਜੀ ਕਹਿੰਦੇ ਸੀ, ਆਹ ਚੰਗਾ, ਆਹ ਮਾੜਾ, ਆਹ ਇੱਥੇ ਬੈਠਣਾ ਨਹੀਂ, ਇੱਥੇ ਖੜ੍ਹਨਾ ਨਹੀਂ, ਆਹ ਕਰਨਾ ਨਹੀਂ, ਆਹ ਖਾਣਾ ਨਹੀਂ, ਆਹ ਪੀਣਾ ਨਹੀਂ, ਤਾਂ ਅਸੀਂ ਉਹਨਾਂ ਦੀ ਬਹੁਤ ਇੱਜ਼ਤ ਕੀਤੀ ਆ, ਕਰਦੇ ਹਾਂ ਅਤੇ ਕਰਦੇ ਰਹਾਂਗੇ, ਕਿਉਂਕਿ ਤਕਰੀਬਨ 35 ਸਾਲ ਤੱਕ ਇਕੱਠਿਆਂ ਨੇ ਕੰਮ ਕੀਤਾ। ਮੈਂ ਉਹਨਾਂ ਨਾਲ ਗਾ ਕੇ ਇੰਨਾ ਲੰਬਾ ਸਮਾਂ ਕੱਢਿਆ, 1.5 ਸਾਲ ਹੋਵੇ, 2 ਸਾਲ ਹੋਣ, 5 ਸਾਲ ਹੋਣ, 10 ਸਾਲ ਹੋਣ, ਅਸੀਂ ਤਾਂ ਪੂਰੇ 34 ਸਾਲ 11 ਮਹੀਨੇ 19 ਦਿਨ ਗਾਇਆ ਹੈ। ਸਾਰੀ ਜਵਾਨੀ ਹੀ ਉਹਨਾਂ ਦੇ ਨਾਲ ਗਾਇਕੀ ਲੇਖੇ ਲਗਾ ਦਿੱਤੀ। ਵੈਸੇ ਤਾਂ ਜ਼ਿੰਦਗੀ ਵਿੱਚ 16-17 ਤੋਂ ਲੈ ਕੇ 25-30 ਸਾਲਾਂ ਤੱਕ ਇਨਸਾਨ ਕੁਝ ਨਾ ਕੁਝ ਕਰਨ ਯੋਗ ਹੁੰਦਾ ਹੈ। ਚੰਗੇ ਦਿਨ ਭਾਵ ਚੰਗੇ ਦਿਨ ਸੁਨਹਿਰੀ ਮੌਕਾ 'ਤੇ ਤੁਸੀਂ ਕੁਝ ਕਰ ਸਕਦੇ ਹੋ, ਕੁਝ ਯਾਦ ਕਰ ਸਕਦੇ ਹੋ, ਕੁਝ ਬਣ ਸਕਦੇ ਹੋ, ਇਸ ਤੋਂ ਬਾਅਦ ਤਾਂ ਸਿਰਫ ਵਕਤ ਨੂੰ ਧੱਕਾ ਹੀ ਹੈ, ਫਿਰ ਤਾਂ ਬਸ ਪ੍ਰੈਕਟਿਸ ਹੀ ਚੱਲਦੀ ਹੈ। ਮੈਂ 16 ਸਾਲ ਦੀ ਉਮਰ ਵਿੱਚ ਸਦੀਕ ਸਾਹਿਬ ਨਾਲ ਗਾਉਣ ਲੱਗ ਗਈ ਸੀ ਅਤੇ ਹੁਣ ਬੁੱਢੇ ਹੋ ਗਏ ਹਾਂ। ਮੈਂ ਫਿਰ ਇਹੀ ਕਹਾਂਗੀ ਕਿ ਉਹਨਾਂ ਨੂੰ ਸਾਡੇ ਵਿੱਚ ਕੋਈ ਘਾਟ ਲੱਗੀ ਹੋਣੀ ਆ, ਤਾਂਹੀਓ ਉਹਨਾਂ ਨੇ ਸਾਨੂੰ ਜਵਾਬ ਦਿੱਤਾ। ਪਰ ਇਸਦਾ ਮੈਨੂੰ ਬੜਾ ਦੁੱਖ ਹੋਇਆ, ਇੱਕ ਸਟੋਰੀ ਚੱਲ ਰਹੀ ਸੀ, ਭਾਵ ਸਾਡੀ ਜੋੜੀ ਬਣੀ ਨੂੰ ਇੰਨਾ ਚਿਰ ਹੋ ਗਿਆ, ਲੋਕਾਂ ਦੀਆਂ ਜੋੜੀਆਂ ਟੁੱਟ ਜਾਂਦੀਆਂ ਹਨ। ਮੈਂ ਸੋਚਦੀ ਹੁੰਦੀ ਸੀ ਕਿ ਪਤਾ ਨਹੀਂ ਇਹ ਕਿਉਂ ਨਹੀਂ ਜੋੜੀਆਂ ਤੋੜਦੇ, ਪਰ ਹੁਣ ਪਤਾ ਲੱਗਿਆ ਮੈਨੂੰ ਕਿ ਇਉਂ ਜੋੜੀਆਂ ਟੁੱਟ ਜਾਂਦੀਆਂ ਹਨ। ਕੋਈ ਵਜ੍ਹਾ ਨਹੀਂ ਹੁੰਦੀ, ਕੋਈ ਗੱਲ ਨਹੀਂ ਹੁੰਦੀ, ਜੋ ਉਹਨਾਂ ਕੀਤਾ ਬਹੁਤ ਵਧੀਆ ਕੀਤਾ, ਉਹ ਬਹੁਤ ਸਿਆਣੇ ਹਨ, ਲੋਕ ਉਹਨਾਂ ਨੂੰ ਬਹੁਤ ਸਿਆਣਾ ਮੰਨਦੇ ਹਨ, ਤੁਹਾਨੂੰ ਪਤਾ ਹੀ ਹੈ ਉਹ ਬਹੁਤ ਸਿਆਣੇ ਹਨ। ਸੈੱਟ ਟੁੱਟਦਿਆਂ ਦਾ ਮੈਨੂੰ ਬਹੁਤ ਜ਼ਿਆਦਾ ਦੁੱਖ ਹੋਇਆ, ਮੇਰੇ ਨਾਲੋਂ ਵੱਧ ਜ਼ਿਆਦਾ ਦੁੱਖ ਸਾਡੇ ਸਰੋਤਿਆਂ ਨੂੰ ਹੈ। ਜਿਹੜਾ ਕੋਈ ਵੀ ਮਿਲਦਾ ਇਹੀ ਕਹਿੰਦਾ ਹੈ ਕਿ ਸਾਨੂੰ ਤਾਂ ਤੁਹਾਡੇ ਸੈੱਟ ਟੁੱਟੇ ਦਾ ਬਹੁਤ ਦੁੱਖ ਹੈ, ਅਸੀਂ 23 ਫਰਵਰੀ 2002 ਨੂੰ ਪ੍ਰੋਗਰਾਮ 'ਤੇ ਜਾਣਾ ਸੀ, ਸਦੀਕ ਸਾਹਿਬ ਸਾਨੂੰ ਘਰ ਆ ਕੇ ਕਹਿ ਗਏ ਕਿ ਤੁਸੀਂ ਆਪਣਾ ਕੰਮ ਕਰੋ ਅਤੇ ਅਸੀਂ ਆਪਣਾ ਕੰਮ ਕਰਨਾ ਹੈ। ਸਾਡੀ ਪਾਰਟੀ ਵਿੱਚ ਇੱਕ ਮੁੰਡਾ ਸੀ, ਮੈਂ ਉਸ ਨਾਲ ਗੱਲ ਕਰਨ ਲੱਗ ਗਈ ਅਤੇ ਉਸਦਾ ਸਦੀਕ ਸਾਹਿਬ ਹੋਰਾਂ ਨਾਲ ਬਹੁਤ ਜ਼ਿਆਦਾ ਪਿਆਰ ਸੀ। ਉਹ ਕਹਿੰਦਾ ਬਸ ਹੁਣ ਤਾਂ ਜੀ, ਇੰਨਾ ਕਹਿ ਕੇ ਉਹ ਚੁੱਪ ਹੋ ਗਿਆ। ਮੈਂ ਉਸਨੂੰ ਹੱਸ ਕੇ ਕਿਹਾ ਕਿ ਚਲੋ ਅੱਛਾ। ਮੈਂ ਕਿਹਾ ਜੇ ਸਦੀਕ ਸਾਹਿਬ 4
मार्च तक 9 दिन होर कट जाते तो पूरे 35 साल हो जाते। ये कह के रणजीत कौर भावक हो गई। दोस्तों इस तो बाद शौंकी साहब ने अगला सवाल किया कि तुहाडे सैट टुटन का कोई तो कारण होगा भी, मैनू हजे भी तुहाडे जवाब चो ऐसा कोई कारण नहीं लभ्या भी जिस दे करके सदीक साहब ने 35 साल पुराना तुहाडा सफर रोकन दा जां 35 साल की गायकी नू इकदम छड दिता। तो इस बारे रणजीत कौर ने दा जवाब आया, मैं 2 महीने लई इटली चली गई सी। सदीक साहब ने पिछों सुरजीत कौर नाल प्रोग्राम लगाने शुरू कर दिते थे। जदों मैं इटली तो वापस आई एक फरीदकोट दा प्रोग्राम सी, उस उत्ते सदीक साहब जी मैनू ते सुरजीत कौर नू लै गए, जदों कि उही 2 गाने गाउण लई मैं मूड बनांदी रह गई। फिर एक सभ्याचार मेला फिरोजपुर होया, सदीक साहब उत्थे भी मैनू नाल तां लै गए पर मैनू उन्हां भूपोरा भी नहीं गवाया। उन्हां उत्ते सुरजीत नाल गाए गीत ਤਾਂ ਮੈਂ ਮਹਿਸੂਸ ਕੀਤਾ ਕਿ ਸਦੀਕ ਭਾਜੀ ਇਹ ਕੀ ਕਰ ਰਹੇ ਹਨ। ਫਿਰ ਇੱਕ ਸਟੇਜ ਬੀਬੀ ਰਾਜਿੰਦਰ ਕੌਰ ਪਠਲ ਦੀ ਸੀ, ਉੱਥੇ ਪੁਲਿਸ ਵਾਲਿਆਂ ਅਤੇ ਹੋਰ ਸਰੋਤਿਆਂ ਨੇ ਉੱਥੇ ਮੇਰੇ ਅਤੇ ਸਦੀਕ ਜੀ ਦੇ 2 ਗਾਣੇ ਸੁਣਨ ਦੀ ਸਿਫਾਰਿਸ਼ ਕੀਤੀ। ਸਦੀਕ ਜੀ ਨੇ ਉਹਨਾਂ ਨੂੰ ਵੀ ਟਾਲ ਦਿੱਤਾ, ਮੇਰੇ ਤੋਂ 1 ਗੀਤ ਵੀ ਨਹੀਂ ਗਵਾਇਆ। ਮੈਂ ਸਾਰਾ ਕੁਝ ਦੇਖ ਕੇ ਬਹੁਤ ਉਦਾਸ ਹੋ ਗਈ ਅਤੇ ਗੁੱਸਾ ਵੀ ਬਹੁਤ ਚੜ ਗਿਆ। ਮੈਂ ਸਦੀਕ ਭਾਜੀ ਨੂੰ ਪਹਿਰਾ ਗਾਣਾ ਗਾ ਕੇ ਸਟੇਜ ਉੱਤੇ ਕਹਿ ਦਿੱਤਾ ਕਿ ਭਾਜੀ ਧੀਆਂ ਨਾਲ ਸਿਆਸਤ ਨਹੀਂ ਖੇਡਦੇ ਹੁੰਦੇ, ਪਰ ਸਦੀਕ ਭਾਜੀ ਨਾਲ ਇਹ ਮੇਰਾ ਆਖਰੀ ਪ੍ਰੋਗਰਾਮ ਸੀ। ਇੰਨਾ ਕਹਿ ਕੇ ਰਣਜੀਤ ਕੌਰ ਜੀ ਭਾਵੁਕ ਹੋ ਗਏ ਕਿ ਦੋਸਤੋ ਇਹਨਾਂ ਗੱਲਾਂ 'ਚੋਂ ਇਹੀ ਲਗਾ ਸਕਦੇ ਹਾਂ ਕਿ ਕੋਈ ਇੰਨਾ ਵੱਡਾ ਰੀਜ਼ਨ ਨਹੀਂ ਰਿਹਾ। ਫਿਰ ਸਦੀਕ ਸਾਹਿਬ ਕੋਈ ਇੰਟਰਵਿਊ 'ਚ ਕਹਿੰਦੇ ਹਨ ਕਿ ਆਵਾਜ਼ ਖਰਾਬ ਹੋਣ ਕਰਕੇ ਸਾਨੂੰ ਸੈੱਟ ਤੋੜਨਾ ਪਿਆ, ਜਾਂ ਨਵਾਂ ਸੁਰਜੀਤ ਕੌਰ ਨਾਲ ਗਾਉਣ ਦਾ ਮੇਨ ਕਾਰਨ ਰਣਜੀਤ ਕੌਰ ਦੀ ਆਵਾਜ਼ ਦਾ ਖਰਾਬ ਹੋਣ ਦਾ ਕਾਰਨ ਹੈ। ਪਰ ਇੱਥੇ ਇਸ ਕਿਤਾਬ ਮੁਤਾਬਕ ਤਾਂ ਰਣਜੀਤ ਕੌਰ ਜੀ ਦੇ ਹਿਸਾਬ ਨਾਲ ਕੋਈ ਐਸੀ ਵਜ੍ਹਾ ਨਹੀਂ ਸੀ। ਸਦੀਕ ਸਾਹਿਬ ਨੇ ਬਿਨਾਂ ਵਜ੍ਹਾ ਹੀ ਸੈੱਟ ਤੋੜ ਦਿੱਤਾ, ਅੱਗੇ ਰੱਬ ਜਾਣਦਾ ਜਾਂ ਸਦੀਕ ਸਾਹਿਬ ਜਾਣਦੇ ਨੇ। ਸੋ ਦੋਸਤੋ ਉਮੀਦ ਕਰਦਾ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ। ਦੋਸਤੋ ਹੋਰ ਅਪਡੇਟਸ ਲਈ ਸਬਸਕ੍ਰਾਈਬ ਕਰ ਲਓ ਅਤੇ ਜਲਦ ਫੁੱਲ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ। ਹੁਣ ਲਈ ਦਿਓ ਇਜਾਜ਼ਤ। ਧੰਨਵਾਦ ਦੋਸਤੋ।